ਮਨਪ੍ਰੀਤ ਬਣ ਗਈ ਰੋਟੀ? ਹਾਂਜੀ ਬਣ ਗਈ ਰੋਟੀ। ਕੀ ਕੀ ਬਣਾਇਆ ਅੱਜ? ਅੱਜ ਬਣਾਈ ਕਰੇਲੇ, ਖੀਰ, ਪਨੀਰ। ਬੜਾ ਕੁਝ ਬਣਾਇਆ ਅੱਜ, ਕੀ ਗੱਲ ਆ? ਅੱਜ ਜੋ ਬਣਾਇਆ ਨਾ, ਜੋਬਣ ਵਾਸਤੇ ਰੋਟੀ ਬਣਾਈ ਸੀ ਸਪੈਸ਼ਲ। ਬੱਲੇ, ਅੱਗੇ ਤਾਂ ਕਦੀ ਘਰ ਬਣਾਇਆ ਨਹੀਂ ਇੰਨਾ ਕੁਝ। ਲੈ ਮੰਮੀ ਪਹਿਲੀ ਵਾਰੀ ਆਇਆ ਵਿਚਾਰਾ, ਮੈਂ ਕਿਹਾ ਚੱਲ ਬਣਾ ਕੇ ਖਵਾਉਣੀ ਇਹਨੂੰ। ਕੋਈ ਗੱਲ ਨਹੀਂ, ਮੈਂ ਤਾਂ ਹੱਸਣ ਡਈ ਆ, ਕੋਈ ਨਹੀਂ ਖਵਾ ਖਵਾ ਤੂੰ, ਜੋ ਬਣਾਉਣਾ ਬਣਾ ਖਵਾ। ਵੇਖੀ ਹੁਣ ਮੈਂ ਆਪਣੇ ਭਰਾ ਨੂੰ ਵਧੀਆ ਵਧੀਆ ਖਾਣੇ ਖਵਾ ਕੇ ਨਾ ਤੇ ਮੋਟਾ ਕਰਕੇ ਭੇਜਣਾ ਆ, ਤੇ ਸਾਰੇ ਸ਼ੌਂਕ ਪੂਰੇ ਕਰਨੇ ਉਹਦੇ ਜਿਹੜੇ ਰਹਿ ਗਏ ਆ। ਹੁਣ ਨਹੀਂ ਕਮੀ ਆਉਣ ਦੇਣੀ ਕਿਸੇ ਗੱਲ ਦੀ। ਜੁਬਨ ਚਾਹ ਪੀ ਲਾ। ਖਾਲਾ ਖਾਲਾ, ਜਿਹੜੀ ਚੀਜ਼ ਨੂੰ ਦਿਲ ਕਰਦਾ ਨਾ ਉਹੀ ਖਾਲਾ। ਹੁਣ ਰਹਿਣਾ ਵਾ ਤੂੰ, ਠੀਕ ਆ? ਦਿਲ ਲੱਗ ਗਿਆ ਨਾ ਐਡੇ ਵੱਡੇ ਘਰ ਚ, ਦਿਲ ਨਾ ਲੱਗੋ ਹੋਰ ਕੀ ਲੱਗੂਗਾ। ਤੇ ਜਿਹੜੀ ਚੀਜ਼ ਨੂੰ ਦਿਲ ਕਰਦਾ ਨਾ, ਟੀਵੀ ਵੇਖ ਲਿਆ ਕਰ ਜਾਂ ਗੇਮ ਗੂਮ ਖੇਡ ਲਿਆ ਕਰ, ਸਾਰਾ ਕੁਛ ਹੈਗਾ ਆ। ਕੋਈ ਨਹੀਂ ਕੋਈ ਨਹੀਂ, ਸੰਗੀ ਸੰਗੀ ਨਾ। ਨਹੀਂ ਨਹੀਂ, ਸੰਗਣਾ ਕਿਉਂ। ਚੱਲ ਤੂੰ ਪੀ ਚਾਹ, ਮੈਂ ਫਿਰ ਰੋਟੀ ਬਣਾਈ ਤੇ ਲੀਵ ਲੈ ਕੇ ਆਉਂਦੀ ਹਾਂ। ਹਾਂ ਕੋਈ ਨਹੀਂ, ਚੱਲ ਠੀਕ ਆ ਫਿਰ। ਤੇ ਚੱਪਲ ਟੁੱਟੀ ਪਾਈ ਸਾਰੀ ਹੈ ਹੀ ਇਹੋ ਆ, ਤੇ ਮੰਮੀ ਨੇ ਇਹੋ ਨਾਲ ਪਾਤੀ, ਮੈਂ ਘਰੇ ਵੀ ਇਹੋ ਹੀ ਪਾਉਣਾ। ਸਾਰੀ ਟੁੱਟੀ ਚੱਪਲ ਆ, ਦੱਸ ਉਹ ਕੋਨੀ ਨਹੀਂ ਪਰਵਾਹ ਕਰੀਦੀ। ਤੇਰਾ ਵੀ ਕੋਈ ਹਾਲ ਨਹੀਂ ਆ। ਚਲੋ ਕੋਈ ਨਹੀਂ, ਮੈਂ ਤੈਨੂੰ ਅੱਜ ਹੀ ਨਵੀਂ ਲਿਆ ਕੇ ਦਿੰਦੀ ਹਾਂ। ਜੋਬਨ, ਜੋਬਨ। ਹਾਂਜੀ ਦੀਦੀ। ਇੱਧਰ ਆ। ਆ ਵੇਖ ਚੱਪਲਾਂ। ਹਾਂ ਚੱਪਲ ਲੈਂਦੀ ਤੇਰੇ ਲਈ। ਐਡੀ ਜਲਦੀ ਕੀ ਕਰਨੀਆਂ, ਕੋਈ ਨਹੀਂ। ਹਾਂ ਚੱਪਲ ਸਾਰੀ ਟੁੱਟੀ ਆ, ਵੇਖ ਸੋਹਣੀ ਆ ਨਾ। ਹਾਂ ਸੋਹਣੀ ਆ ਤੇ। ਚੱਲ ਆ ਚੱਪਲ ਪਾ ਲਾ ਕਰ ਹੁਣ। ਮੈਂ ਨਵੀਂ ਬੜੇ ਚਿਰਾਂ ਬਾਅਦ ਵੇਖੀ ਅੱਜ। ਸਾਰੀ ਖਰਾਬ ਚੱਪਲ ਪਾਈ ਸੀ ਦੀਦੀ। ਕਿੱਡੀ ਸੋਹਣੀ ਆ। ਵਧੀਆ ਨਾ। ਹਾਂ ਬਸ ਹੁਣ ਇਹੋ ਪਾਇਆ ਕਰ। ਛੋਟਾ ਫਿਰ ਚੱਲ ਠੀਕ ਆ। ਤੂੰ ਮੇਰੀ ਗੱਲ ਸੁਣ, ਹੁਣ ਤੂੰ ਇੱਥੇ ਰਹਿਣਾ ਆ, ਜਿਹੜੀ ਵੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸਣਾ ਆ। ਕੋਈ ਗੱਲ ਨਹੀਂ, ਠੀਕ ਆ? ਹੁਣ ਤੇਰੇ ਸਾਰੇ ਸ਼ੌਂਕ ਮੈਂ ਪੂਰੇ ਕਰੂੰਗੀ, ਠੀਕ ਆ? ਅੱਗੇ ਤਾਂ ਮੰਮੀ ਨੂੰ ਕਹਿਣਾ ਨਾ, ਇੱਧਰ ਤਰਸ ਰਹਿਣਾ ਨਾ ਹੀ ਨਾ, ਹੁਣ ਹੀ ਤਰਸਣ ਦੇਣਾ। ਬੜੀ ਸੋਹਣੀ ਹੈ ਚੱਪਲ। ਚੱਲ ਠੀਕ ਆ, ਮੈਂ ਕੰਮ ਕਰ ਲਾਂ ਫਿਰ। ਜਾਓ। ਜੋਬਨ ਹਾਂਜੀ, ਇੱਧਰ ਆ, ਟੀਵੀ ਵੇਖ ਲਾ ਜਾ। ਵੈਸੇ ਹੀ ਮੌਸਮ ਚੱਲ ਬਾਹਰ ਛੱਡ ਪਈ, ਠੰਡਾ ਜਿਹਾ ਹਵਾ। ਬੈਠ ਜਾ, ਟੀਵੀ ਵੇਖ ਲਾ ਮੇਰੇ ਨਾਲ। ਆਹ ਫਿਲਮ ਵੇਖ ਲੈਂਦੇ ਹਾਂ ਨਾ। ਤੇ ਮੇਰੀ ਗੱਲ ਸੁਣ, ਤੇਰੀ ਪਲੱਸ ਟੂ ਹੋ ਗਈ ਹੈ ਨਾ, ਹੁਣ ਕੀ ਕਰਦਾ ਹੁੰਦਾ ਆ? ਕੁਝ ਨਹੀਂ, ਮੈਂ ਮੰਮੀ ਨੂੰ ਕਿਹਾ ਸੀ ਕਿ ਮੈਨੂੰ ਆਈਲੈਟਸ ਕਰਾ ਦਿਓ, ਤੁਹਾਨੂੰ ਪਤਾ ਹੀ ਆ ਫਿਰ ਘਰ ਦੀ ਵੀ ਪੂਰੀ ਕਰਕੇ ਮੰਮੀ ਦੇ ਆਪਦਾ ਖਰਚਾ ਮਾਂ ਕੱਢੀਦਾ, ਤੇ ਤਾਂ ਕਰਕੇ। ਤੇ ਮੰਮੀ ਫੀਸ ਨਹੀਂ ਕੱਢ ਸਕਦੇ, ਇੱਕ ਅੱਧਾ ਮਹੀਨਾ ਲਾ ਕੇ ਤੇ ਵੇਖ ਲੈਂਦਾ। ਉਹ ਫੀਸ ਨਹੀਂ ਨਿਕਲੀ, ਨਹੀਂ ਤੇ ਮਹੀਨੇ ਤੇ ਮੈਂ ਵਧੀਆ ਕਰ ਲੈਣੀ ਸੀ। ਤੂੰ ਹੁਣ ਅੱਗੇ ਕੁਛ ਸੋਚਿਆ ਕਿ ਨਹੀਂ ਸੋਚਿਆ? ਕੋਈ ਨਹੀਂ, ਆ ਲਾਵਾਂਗੇ ਕਿਸੇ ਬੰਨੇ ਪੈਸੇ ਪੋਏ ਤੇ ਫਿਰ ਕਰਾਂਗੇ ਜ਼ਰੂਰ, ਕਰਨੀ ਤਾਂ ਹੈਗੀ ਹੈਗੀ। ਜਾਵਾਂਗੇ ਬਾਹਰ, ਕੁਛ ਨਹੀਂ ਹਾਲ ਫਿਰ ਜੇ ਵਿਹਲਾ ਹੀ ਆ ਤੇ। ਤਾਂਹੀਓ ਮੈਂ ਇੱਥੇ ਆ ਰਿਹਾ, ਦੋ ਮਹੀਨੇ ਕੇ ਤੁਰ ਫਿਰ ਲਵਾਂਗੇ ਵਿਹਲੇ। ਚੱਲ ਕੋਈ ਨਹੀਂ, ਮੈਂ ਸਹਿਜ ਨਾ ਕਰੂੰਗੀ ਗੱਲ। ਕਿਵੇਂ ਮਤਲਬ? ਤੇਰੀ ਆਈਲੈਟਸ ਬਾਰੇ ਵੇਲੇ ਜਿੱਦਾਂ ਸਹੀ ਲੱਗਦਾ। ਹੁਣ ਵੇਲਾ ਥੋੜੀ ਰੱਖਣਾ, ਹੁਣ ਤੈਨੂੰ ਪਲੱਸ ਟੂ ਤੇ ਹੋ ਗਈ ਆ। ਆ ਫਿਰ ਗੈਪ ਪੈ ਜਾਂਦਾ, ਫਿਰ ਉਹ ਖਰਾਬ ਹੋਊਗਾ ਕੰਮ ਬਾਅਦ ਚ। ਕੋਈ ਨਹੀਂ, ਮੈਂ ਤੈਨੂੰ ਸਹਿਜ ਨਾਲ ਗੱਲ ਕਰਕੇ ਨਾ ਤੇ ਫਿਰ ਦੱਸੂਗੀ। ਕੋਈ ਨਹੀਂ ਕੋਈ ਨਹੀਂ। ਸਹਿਜ ਸਹਿਜ ਉੱਠੋ, ਮੈਂ ਇੱਕ ਸਲਾਹ ਕਰਨੀ ਤੁਹਾਡੇ ਨਾਲ। ਕੀ ਮਣੀ ਹੋਣੇ, 10 ਮਿੰਟ ਹੋਏ ਸੁੱਤੇ ਨੂੰ, ਫੇਰ ਠਾਪ ਦਿੱਤਾ ਤੂੰ। ਉੱਠੋ, ਮੈਂ ਸਲਾਹ ਕਰਨੀ ਆ। ਕਿਹੜੀ ਸਲਾਹ ਕਰਨੀ, ਸਵੇਰੇ ਕਰ ਲਈ ਯਾਰ, ਹੁਣੇ ਥੱਕਿਆ ਤੈਨੂੰ ਪਤਾ ਆਇਆ ਮੈਂ। ਮੈਂ ਸਾਰਾ ਦਿਨ ਕੰਮ 'ਚ ਲੱਗੀ ਰਹਿੰਦੀ, ਮੇਰਾ ਬਾਅਦ ਟਾਈਮ ਨਹੀਂ ਲੱਗਦਾ ਯਾਰ। ਬਾਅਦ 'ਚ 10-10 ਮਣੀ ਸੌਂ ਲੈਂਦੇ। ਚੱਲ ਉੱਠੋ ਹੁਣ, ਕੋਈ ਸਵੇਰੇ ਫੇਰ ਮੈਂ ਸੁੱਕ ਤੇ ਉੱਠਣਾ ਵਾ। ਕੋਈ ਨਹੀਂ, ਉੱਠ ਜਿਓ, ਚੱਲ ਉੱਠੋ ਉੱਠੋ। ਕੀ ਯਾਰ, ਮੈਂ ਕਿਤੇ ਤੈਨੂੰ ਮੰਨਦੀ ਵੀ ਨਹੀਂ ਤੂੰ। ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਗੱਲ ਇਹ ਕਰਨੀ ਆ
ਕਿ ਜੋ ਬਣੇ ਹੁਣ ਰਹਿਣਾ ਵਾ ਮੇਰੇ ਕੋ ਦੋ ਤਿੰਨ ਮਹੀਨੇ ਆ ਤੇ ਠੀਕ ਆ ਰਹਿਣਾ ਤੇ ਮੈਂ ਕੀ ਕਰਾਂ ਇੱਥੇ ਤੇ ਮੇਰੀ ਗੱਲ ਸੁਣ ਉਹਨੇ ਇਦਾਂ ਵੀ ਤੇ ਵਿਹਲਾ ਹੀ ਰਹਿਣਾ ਵਾ ਤੇ ਆਪਾਂ ਇਦਾਂ ਕਰੀਏ ਉਹਨੂੰ ਆਈਲੈਟਸ ਕਰਨ ਲਾ ਦਈਏ ਕਿਹੜੀ ਆਈਲੈਟਸ ਕਰਨ ਲਾ ਦਈਏ ਯਾਰ ਉਹਨੇ ਵਿਹਲਾ ਉਦਾਂ ਵੀ ਤੇ ਵਿਹਲਾ ਹੀ ਆ ਤੇ ਇੱਥੇ ਸਗੋਂ ਰਹਿ ਕੇ ਮੇਰੇ ਕੋ ਕਰ ਲੂਗਾ ਤੇ ਪੈਸੇ ਕਿੱਥੋਂ ਆਉਣੇ ਆ ਪੈਸੇ ਤੁਸੀਂ ਭਰ ਦਿਓ ਫੀਸ ਫਿਰ ਕੀ ਆ ਮਣੀ ਮੈਂ ਕਿੱਥੋਂ ਭਰਦਾ ਯਾਰ 20000 ਰੁਪਏ ਐਕਸਟਰਾ ਮੈਂ ਕਿੱਥੋਂ ਲੈਂਦਾ ਦੱਸ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਕਿੰਨੇ ਖਰਚੇ ਕਰਦੇ ਆ ਉਹਦੇ ਮੂੰਹ ਨੂੰ ਮੇਰੇ ਮੂੰਹ ਨੂੰ ਭਰ ਦੋ ਭੈਣ ਆਪਣੀ ਕੋ ਆਇਆ ਵਾ ਤੇ ਭੈਣਾਂ ਦੇ ਭਰਾਵਾਂ ਦਾ ਸੋ ਸੋਚਦੀਆਂ ਵਾ ਯਾਰ ਤੂੰ ਤੇ ਹੁਣ ਨਵਾਂ ਹੀ ਕੋਈ ਜੱਬ ਪਾ ਕੇ ਬਹਿ ਗਈ ਆ ਇਹ ਚ ਜੱਬ ਵਾਲੀ ਕਿਹੜੀ ਗੱਲ ਆ ਹੁਣ 20000 ਰੁਪਏ ਮਹੀਨੇ ਦਾ ਐਕਸਟਰਾ ਮੈਂ ਕਿੱਥੋਂ ਭਰਿਆ ਆ ਤੂੰ ਆਪਣੇ ਖਰਚਿਆਂ ਵਾਸਤੇ ਵੀ ਤੇ ਤੁਸੀਂ ਕੱਢਦੇ ਹੋ ਇੰਨੇ ਪੈਸੇ ਯਾਰ ਮਣੀ ਉਹ ਤਾਂ ਯਾਰ ਕੀ ਕਰਨ ਦੀ ਤੂੰ ਮੈਨੂੰ ਨਹੀਂ ਪਤਾ ਮੈਨੂੰ ਬੁਲਾਇਆ ਹੋਣਾ ਜਿੰਨਾ ਚਿਰ ਤੁਸੀਂ ਜੇ ਤੁਹਾਡਾ ਭਰਾ ਹੁੰਦਾ ਫਿਰ ਵੀ ਨਾ ਸੋਚਦੇ ਹੁਣ ਉਹ ਮੇਰਾ ਭਰਾ ਨਾ ਤਾਂ ਇਦਾਂ ਕਰਨ ਡੇ ਆ ਮਣੀ ਤੂੰ ਕੀ ਤੇਰ ਮੇਰ ਲਈ ਆ ਜੇ ਤੇਰਾ ਭਰਾ ਉਹ ਮੇਰਾ ਭਰਾ ਨਹੀਂ ਆ ਨਹੀਂ ਨਾ ਤੁਸੀਂ ਸਮਝਦੇ ਚੀਜ਼ਾਂ ਨੂੰ ਯਾਰ ਮਣੀ ਕਰ ਲੈਨੇ ਸਲਾਹ ਤੂੰ ਤਾਂ ਕਹਿਣੇ ਵੀ ਹੁਣੇ ਜਵਾਬ ਦੇ ਦੋ ਹੁਣੇ ਜਵਾਬ ਦੇ ਦੋ ਸੁੱਤਾ ਮੈਂ ਸਵੇਰੇ ਕਰੀ ਗੱਲ ਮੇਰੇ ਨਾਲ ਬਾਰੇ ਸੋਚ ਕੇ ਤੇ ਦੱਸ ਦਿਓ ਮੈਨੂੰ ਚੰਗਾ ਯਾਰ ਹਾਏ ਹਾਏ ਵਿਚਾਰੇ ਜੋਬਨ ਕੋ ਕੱਪੜੇ ਵੀ ਹੈ ਨਹੀਂ ਆ ਉਹੀ ਪਾਰਟੀ ਦੇ ਕੱਪੜੇ ਪਾਏ ਆ ਮੈਂ ਸੋਚਿਆ ਮੰਮੀ ਨੇ ਲੈ ਤੇ ਹੋਣੇ ਆ ਪਰ ਸਾਡੀਆਂ ਵੀ ਕਰਦੀਆਂ ਮਜਬੂਰੀਆਂ ਮੈਂ ਇੱਦਾਂ ਕਰਦੀ ਹਾਂ ਹੁਣ ਸਹਿਜ ਕੋ ਜਾਂਦੀ ਹਾਂ ਅਤੇ ਪੈਸੇ ਲੈ ਕੇ ਨਾ ਉਹਨੂੰ ਨਵੇਂ ਕੱਪੜੇ ਲਿਆ ਕੇ ਦਿੰਦੀ ਹਾਂ ਅਤੇ ਚੰਗਾ ਨਹੀਂ ਲੱਗਦਾ ਮੈਨੂੰ ਇੱਦਾਂ ਨਹੀਂ ਮੈਂ ਸਹਿਜ ਨੂੰ ਨਹੀਂ ਕਹਿਣਾ ਹੈਗਾ ਇੱਦਾਂ ਨਹੀਂ ਕਰਨਾ ਕਿਉਂਕਿ ਗਾਈਡਰਸ ਵੱਲੋਂ ਵੀ ਕਿਹਾ ਵਾ ਅਤੇ ਉਹ ਵੀ ਸਹਿਜ ਨਹੀਂ ਮੰਨੇ ਹੈਗੇ ਅਤੇ ਜੇ ਮੈਂ ਇੱਦਾਂ ਕੱਪੜੇ ਵੱਲੋਂ ਕਿਹਾ ਤਾਂ ਸਹਿਜ ਨੇ ਫਿਰ ਮੈਨੂੰ ਹੀ ਬੋਲਣਾ ਆ ਮੈਂ ਇੱਦਾਂ ਕਰਦੀ ਹਾਂ ਪਰਸ 'ਚ ਆਪੇ ਪੈਸੇ ਕੱਢ ਲੈਂਦੀ ਹਾਂ ਕੀ ਪਤਾ ਲੱਗਣ ਡਿਆ ਕਿੱਥੇ ਗਏ ਆ ਉੱਦਾਂ ਵੀ ਇੰਨੇ ਖਰਚੇ ਕਰਦੇ ਹੀ ਆ ਕਿਹੜਾ ਯਾਦ ਰਹਿਣਾ ਇਹਨਾਂ ਨੂੰ ਇੱਦਾਂ ਹੀ ਕਰਦੀ ਹਾਂ ਰੋਟੀ ਬਣ ਗਈ ਆ ਸਾਰਾ ਕੁਛ ਬਣਿਆ ਪਿਆ ਆ ਲੋ ਮਣੀ ਕੀ ਹੋਇਆ ਇੱਥੇ ਮੇਰੇ 500 ਦੇ ਨੋਟ ਹੀ ਕਿੱਥੇ ਗਿਆ 10-10 ਰਹਿ ਗਏ ਆ ਉਹ ਮੈਂ ਲਏ ਸੀ ਕੱਲ ਕਿਉਂ ਉਹ ਜੋ ਬੰਨ ਲੈ ਕੇ ਦੇਣਾ ਥੋੜਾ ਜਿਹਾ ਸਮਾਨ ਤੇ ਯਾਰ ਤੂੰ ਮੈਨੂੰ ਤਾਂ ਪੁੱਛ ਲੈਂਦੀ ਮੇਰੇ ਬਸ ਫੋਨ ਨੂੰ ਪਹਿਲਾਂ ਤੇ ਫਿਰ ਕੀ ਹੋਇਆ ਸਹਿਜ ਮੇਰਾ ਇੰਨਾ ਵੀ ਹੱਕ ਨਹੀਂ ਹੈਗਾ ਹੁਣ ਕਮਾਲ ਕਰਨ ਡੀ ਯਾਰ ਤੂੰ ਬਿਨਾ ਪੁੱਛੇ ਪੈਸੇ ਕੱਢੀਆਂ ਨੇ ਮੇਰੇ ਪਰਸ ਚੋਂ ਪੈਸੇ ਲੈਣੇ ਕੀ ਲੈ ਆਇਆ ਇੰਨਾ ਗੁੱਸੇ ਨੂੰ ਕਿਹੜੀ ਗੱਲ ਆ ਗੱਲ ਉਹ ਪੈਸੇ ਲੈਣ ਦੀ ਥੋੜੀ ਆ ਕੁਝ ਦੱਸ ਤੇ ਨਹੀਂ ਨਾ ਮੈਨੂੰ ਪੁੱਛਦੀ ਪਹਿਲਾਂ ਕੋਈ ਨਹੀਂ ਨਾ ਲਿਆਂਦਾ ਕੀ ਆ ਤੂੰ ਹੀ ਦੱਸ ਕੀ ਲੈਣਾ ਇੰਨਾ ਤੁਸੀਂ ਤੋਂ ਕੋ ਮੈਂ ਕੁਝ ਵੀ ਲੈਂਦਾ ਹਾਂ ਦੋਈ ਯਾਰ ਇੱਕ ਤਾਂ ਬਿਨਾ ਪੁੱਛੇ ਪੈਸੇ ਕੱਢੇ ਆ ਉਹ ਤੋਂ ਕੋਈ ਦੱਸ ਵੀ ਤੇ ਨਹੀਂ ਪਈ ਵੀ ਲੈਂਦਾ ਕੀ ਆ ਲਿਆ ਰੋਟੀ ਯਾਰ ਖਾਈਏ ਫਿਰ ਜਾਵਾਂ ਮੈਂ ਦੂਸਰੀ ਜੋੜੇ ਉਹੀ ਕੰਮ ਤੇਰੇ ਬਾਰ ਬਾਰ ਆਪਣੇ ਮੈਂ ਆਪਣੇ ਮਰਜ਼ੀ ਕੱਢਦੀ ਆ ਉਦੋਂ ਤੂੰ ਮੇਰੇ ਪਰਸੋਂ ਪੈਸੇ ਕੱਢੇ ਕਿਹੜੀ ਗੱਲ ਕੱਢੇ ਦੱਸ ਕੀ ਕੰਮ ਸੀ ਤੇ ਮੇਰਾ ਇੰਨਾ ਹੱਕ ਨਹੀਂ ਹੈਗਾ ਮੈਂ ਤੈਨੂੰ ਅੱਗੇ ਮਨਾ ਕੀਤਾ ਪੈਸੇ ਦੇਣ ਤੋਂ ਕਦੀ ਉਦੋਂ ਤੂੰ ਪਿੰਡ ਗਏ ਤੈਨੂੰ ਮੈਂ 10000 ਰੁਪਏ ਦੇ ਕੇ ਨਹੀਂ ਤੁਰਿਆ ਇਹ ਤੁਰਿਆ ਹੀ ਨਾ ਤੂੰ ਪੁੱਛਦੀ ਆ ਨਾ ਗਿੱਛਦੀ ਆ ਬਸ ਆਪਣੇ ਪੈਸੇ ਕੱਢ ਕੇ ਲੈ ਜਾਂਦੀ ਯਾਰ ਹੁਣ ਵੀ ਤੂੰ ਬਿਨਾਂ ਪੁੱਛੇ ਮੇਰੇ ਬੂਟ ਤੇ ਘੜੀ ਦੇਤੀ ਆ ਤੈਨੂੰ ਪਤਾ ਗੋਲਡ ਦੀ ਘੜੀ ਆ ਉਹ ਕੁਛ ਨਹੀਂ ਹੁੰਦਾ ਉਹਨੇ ਕਿਹੜਾ ਦੱਸ ਦੋ ਕੁਛ ਕਰਨਾ ਘੜੀ ਨੂੰ ਉਹ ਵਿਚਾਰਾ ਕਹਿੰਦਾ ਦੀਦੀ ਮੈਨੂੰ ਸੋਹਣੀ ਲੱਗੀ ਮੈਂ ਕਿਹਾ ਚੱਲ ਲਾ ਲਾ ਫਿਰ ਕੀ ਹੋ ਗਿਆ ਤੇ ਕਮ ਸੇ ਕਮ ਮੈਨੂੰ ਪੁੱਛ ਤੇ ਲੈ ਐਡਾ ਰੋਲਾ ਪਾਉਣ ਵਾਲੇ ਕਿਹੜੀ ਗੱਲ ਇਹਦੇ 'ਚ
हां बस ठीक है खवाई जा पीछे जंगा तू मैं कुछ नहीं कमाऊं तेरा कुछ नहीं कमाऊं दी इथे आ इधर इल्जाम लाओ हुन मेरे ते बस ठीक है जुबान भी रोड़ने सीखण तू जांदा ही ऑफिस में चल इन्ना पैसा इन्ना को इन्ना पैसा फिर भी इन्हें भुख ही नहीं जाती हैगी रुपये रुपये पिछले लड़ते रहेंगे वो सह जाते वो वेख मेरी घड़ी को ला ली मेरे बूट को पाले पता नहीं इन्हें भुख ही नहीं जाती हैगी रुपये रुपये का हिसाब मांगते रहेंगे मेरे तो इदा करते तो मैं तो घर च ही नहीं रही हैगी इन्हें को जिन्ना ज्यादा पैसा ना उन्ने ही भुखे तो कंजूस आ हूँ मेरा इन्ना भी हक नहीं ना है कि मैं अपने भरा अपनी मर्जी ना चीज़ा पवा दा ये भी नहीं हक है जो उधर पैसे ले ले तो उदर उतों तू की कर तो फिर कि उन्होंने दो कपड़े लै दे बेचारे जे अपना हो फिर ना दुख हो बगाना जूआ बगाने नहीं चंगे लगते होंगे किसी अपने सारे चंगे लगते हैं ये तो जो मर्जी करना मैनू तो अपने का दुख आना ही है मैं तो रीझा करी करूँगी पूरी जिदा मर्जी करा इन्हों तो कोई नहीं आ बस काम करवाते रहते सारा दिन